ਡਾਕਟਰ ਬਰੀਅਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੀਵਾ ਸਿੰਘ ਲੋਪੋਕੇ ਦਾ ਅਗਲਾ ਹਿੱਸਾ ਹੈ ਬੇਲਾ ਸਿੰਘ ਤੇ ਭਾਈ ਮੀਵਾ ਸਿੰਘ ਉੱਤਰੀ ਅਮਰੀਕਾ ਚ ਗਦਰ ਲਹਿਰ ਜ਼ੋਰ ਪਕੜ ਰਹੀ ਸੀ ਗਦਰ ਅਖਬਾਰ ਦੇ ਸੁੱਤੀਆਂ ਜ਼ਮੀਰਾਂ ਨੂੰ ਜਗਾਉਂਦੇ ਮਜ਼ਮੂਨ ਤੇ ਗਦਰ ਦੀ ਗੂੰਜ ਵਿੱਚ ਸੇਕ ਛੜਦੀਆਂ ਕਵਿਤਾਵਾਂ ਦੇ ਕੈਨੇਡਾ ਚ ਵਸਦੇ ਹਿੰਦਿਆ ਦੀਆਂ ਆਤਮਾਵਾਂ ਝੰਡੋਰ ਛੜੀਆਂ ਸਨ ਗੁਲਾਮੀ ਖਿਲਾਫ ਉਹਨਾਂ ਦਾ ਜਜ਼ਬਾ ਦਿਨ-ਬਦਨ ਪ੍ਰਚੰਡ ਹੋ ਰਿਹਾ ਸੀ ਸਰਕਾਰਾਂ ਸਦਾ ਇਸ ਗੱਲ ਦੀ ਟੋਚ ਰਹਿndੀਆਂ ਹਨ ਕਿ ਉਹਨਾਂ ਦੇ ਖਿਲਾਫ ਵਿਰੋਧ ਦਾ ਜਜ਼ਬਾ ਕਿਹੜੇ ਮਨਾਂ 'ਚ ਸੁਲਗ ਰਿਹਾ ਹੈ ਉਹ ਇਸ ਜਜ਼ਬੇ ਨੂੰ ਭੜਕਣੋਂ ਪਹਿਲਾਂ ਹੀ 부ਝਾ ਦੇਣ ਲਈ ਹਰ ਸੰਭਵ ਚਾਰਾ ਕਰਦੀਆਂ ਹਨ ਇਸ ਮਕਸਦ ਲਈ ਜਿੱਥੇ ਉਹ ਕਈ ਪ੍ਰਕਾਰ ਦੇ ਹੱਤਕੰਡੇ ਵਰਤਦੀਆਂ ਹਨ ਉੱਥੇ ਉਹਨਾਂ ਲਈ ਇਹ ਜਾਣਨਾ ਵੀ ਜ਼ਰੂਰੀ ਹੁੰਦਾ ਹੈ ਕਿ ਅੱਗ ਕਿੱਥੇ-ਕਿੱਥੇ ਤੇ ਕਿਹੜੇ-ਕਿਹੜੇ ਮਨਾਂ 'ਚ ਸੁਲਗ ਰਹੀ ਹੈ ਇਹ ਜਾਣਨ ਲਈ ਸਰਕਾਰਾਂ ਦਾ ਸੂਚਿਆ ਤੰਤਰ ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ ਤੇ ਇਸ ਖੁਫੀਆ ਤੰਤਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਹੀ ਉਹ ਅਗਲੀ ਪੇਸ਼ਬੰਦੀ ਕਰਦੀਆਂ ਹਨ ਜਿਵੇਂ ਦੱਸਿਆ ਜਾ ਚੁੱਕਾ ਹੈ ਕਿ ਹੌਪਕਿੰਸਨ ਇਸ ਖੁਫੀਆ ਤੰਤਰ ਦਾ ਬੜਾ ਮਹੱਤਵਪੂਰਨ ਪੁਰਜਾ ਸੀ ਜੋ ਇੱਕੋ ਵੇਲੇ ਕੈਨੇਡਾ ਅਮਰੀਕਾ ਬਰਤਾਨੀਆ ਤੇ ਭਾਰਤ ਦੀ ਬਰਤਾਨਵੀ ਸਰਕਾਰ ਲਈ ਕੰਮ ਕਰ ਰਿਹਾ ਸੀ ਲੋੜੀਂਦੀਆਂ ਸੂਚਨਾਵਾਂ ਇਕੱਠੀਆਂ ਕਰਨ ਲਈ ਉਹਨੂੰ ਅਜਿਹੇ ਹੋਰ ਸਹਾਇਕਾਂ ਦੀ ਲੋੜ ਸੀ ਜਿਨ੍ਹਾਂ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਨੇੜਲਾ ਰਿਸ਼ਤਾ ਹੋਵੇ ਤੇ ਜਿਨ੍ਹਾਂ ਨੂੰ ਆਪਣੇ ਕਾਲੇ ਇਰਾਦਿਆਂ ਨੂੰ ਪੂਰਾ ਕਰਨ ਲਈ ਵਰਤ ਸਕਦਾ ਹੋਵੇ ਹੱਪਕਿੰਸਨ ਬਹੁਤ ਛਾਤਰ ਵਿਅਕਤੀ ਸੀ ਵੈਨਕੂਵਰ 'ਚ ਰਹਿੰਦੇ ਹਿੰਦਿਆਂ ਵਿੱਚ ਆਪਣਾ ਸੂਇਆ ਜਾਲ ਵਿੱਚ ਉਣ ਲਈ ਉਹਨੇ ਭਾਰਤੀ ਭਾਈਚਾਰੇ ਵਿੱਚੋਂ ਲਾਲਚੀ ਬੰਦਿਆਂ ਨੂੰ ਕੁਝ ਰਿਆਇਤਾਂ ਦੇ ਕੇ ਆਪਣੇ ਨਾਲ ਜੋੜ ਲਿਆ ਇਸ ਕੰਮ ਲਈ ਉਹਦਾ ਸਭ ਤੋਂ ਵੱਡਾ ਹੱਥ ਠੋਕਾ ਬੇਲਾ ਸਿੰਘ ਜਿਆਨ ਸੀ ਬੇਲਾ ਸਿੰਘ ਨੇ ਆਪਣੇ ਨਾਲ ਜਿਹੜੇ ਖਾਸ ਬੰਦੇ ਜੋੜ ਲਏ ਸਨ ਉਹਨਾਂ ਚ ਬਾਬੂ ਸਿੰਘ ਗੰਗਾ ਰਾਮ ਹਰਨਾਮ ਸਿੰਘ ਪ੍ਰਤਾਪ ਸਿੰਘ ਤੂਤਾਂਵਾਲਾ ਪ੍ਰਤਾਪ ਸਿੰਘ ਸੀਨੀਅਰ ਠਾਕਰ ਸਿੰਘ ਸੇਵਾ ਸਿੰਘ ਪ੍ਰੇਮ ਸਿੰਘ ਅਮਰ ਸਿੰਘ ਨੱਥਾ ਸਿੰਘ ਭਗਤ ਸਿੰਘ ਆਦਿ ਸਨ ਕਾਮਾਗਾਟਾ ਮਾਰੂ ਜਹਾਜ਼ ਤੇ ਪਹੁੰਚਿਆ ਡਾਕਟਰ ਰਘੂਨਾਥ ਵੀ ਹੁਣ ਮੁਖਬਰਾਂ ਦੇ ਟੋਲੇ ਦਾ ਐ ਮੰਗ ਬਣ ਚੁੱਕਾ ਸੀ ਬੇਲਾ ਸਿੰਘ ਹਾਂ ਹੌਪਕਿੰਸਨ ਦਾ ਸਭ ਤੋਂ ਵੱਡਾ ਸਹਾਇਕ ਸੀ ਉਹ ਲੋੜੀਂਦੀਆਂ ਆਸਾਮੀਆਂ ਲੱਭਣ ਲਈ ਉਹਦਾ ਸਭ ਤੋਂ ਵੱਡਾ ਦਲਾਲ ਸੀ ਉਹ ਇੱਕ ਤਰ੍ਹਾਂ ਨਾਲ ਹੌਪਕਿੰਸਨ ਦੇ ਕੰਨਾਂ ਤੇ ਅੱਖਾਂ ਦਾ ਕੰਮ ਕਰਦਾ ਸੀ ਬੇਲਾ ਸਿੰਘ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਕੰਮ ਲਈ ਪੈਸੇ ਵੀ ਮਿਲਦੇ ਸਨ ਸਰਕਾਰ ਦੇ ਪੇ ਰੋਲ ਤੇ ਹੋਣ ਕਰਕੇ ਉਹਨੂੰ 562 ਡਾਲਰ ਪ੍ਰਤੀ ਮਹੀਨਾ ਮਿਲਦੇ ਸਨ ਬੇਲਾ ਸਿੰਘ ਭਾਰਤੀ ਭਾਈਚਾਰੇ 'ਚ ਹੁੰਦੀ ਹਰੇਕ ਗਤੀਵਿਧੀ ਦੀ ਸੂਚਨਾ ਹੌਪਕੈਂਸਨ ਤੱਕ ਪਹੁੰਚਾਉਣਾ ਆਪਣਾ ਪਰਮ ਕਰਤਵ ਸਮਝਦਾ ਸੀ ਹੌਪਕੈਂਸਨ ਨੇ ਬੇਲਾ ਸਿੰਘ ਦੀ ਮਦਦ ਨਾਲ 50 60 ਬੰਦੇ ਆਪਣੇ ਨਾਲ ਜੋੜ ਲਏ ਸਨ ਬੇਲਾ ਸਿੰਘ ਇਹਨਾਂ ਸਭਨਾਂ ਦਾ ਆਗੂ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਜਾਨ ਦੇ ਸੁੰਦਰ ਸਿੰਘ ਦੇ ਘਰ ਪੈਦਾ ਹੋਏ ਬੇਲਾ ਸਿੰਘ ਨੇ ਇਤਿਹਾਸ 'ਚ ਇੱਕ ਗੱਦਾਰ ਵਜੋਂ ਕਲੰਕ ਘਟਣਾ ਸੀ ਉਹਨੇ ਪਹਿਲਾਂ ਫੌਜ ਫੌਜ ਦੀ 30ਵੀਂ ਸਿੱਖ ਰੈਜਿਮੈਂਟ ਵਿੱਚ ਸਿਗਨਲਰ ਸਿਗਨਲਰ ਵਜੋਂ 5 ਸਾਲ ਤੱਕ ਨੌਕਰੀ ਕੀਤੀ। ਉਪਰੰਤ 1906 'ਚ ਕੈਨੇਡਾ ਪਹੁੰਚ ਗਿਆ। ਉਹਦੀ ਅੰਗਰੇਜ਼ੀ ਬੋਲਣ 'ਚ ਚੰਗੀ ਮੁਹਾਰਤ ਸੀ। ਉਹ ਇੱਕ ਵਾਰ ਕੈਨੇਡਾ ਤੋਂ ਵਾਪਸ ਵੀ ਗਿਆ ਸੀ ਤੇ ਫਿਰ ਜੂਨ 1913 ਨੂੰ ਹਾਂਗਕਾਂਗ ਦੇ ਰਸਤੇ ਐਮਪ੍ਰੈਸ ਆਫ ਰਸ਼ੀਆ ਜਹਾਜ਼ 'ਚ ਕੈਨੇਡਾ ਵਾਪਸ ਪਰਤ ਆਇਆ ਸੀ। ਪ੍ਰਸਿੱਧ ਗਦਰੀ ਭਾਈ ਭਗਵਾਨ ਸਿੰਘ ਵੀ ਇਸੇ ਜਹਾਜ਼ 'ਚ ਕੈਨੇਡਾ ਆਇਆ ਸੀ। ਕਿਹਾ ਜਾਂਦਾ ਹੈ ਕਿ ਬੇਲਾ ਸਿੰਘ ਹੀ ਸੀ ਜੀ ਨੇ ਆਪਣੇ ਰਿਸ਼ਤੇਦਾਰ ਨੱਥਾ ਸਿੰਘ ਦੇ ਨਾਂ 'ਤੇ ਭਾਈ ਭਗਵੰਤ ਸਿੰਘ ਦੇ ਕੈਨੇਡਾ ਚ ਦਾਖਲ ਹੋਣ ਦੇ ਕਾਗਜ਼ ਬਣਵਾ ਕੇ ਦਿੱਤੇ ਸਨ ਤੇ ਜਦੋਂ ਭਾਈ ਭਗਵੰਤ ਸਿੰਘ ਕੈਨੇਡਾ ਆ ਕੇ ਉਹਦੇ ਸੋਚੇ ਅਨੁਸਾਰ ਉਹ ਦੇ ਖੋਫੀਆ ਕੰਮ ਚ ਸ਼ਾਮਲ ਹੋਣ ਤੋਂ ਇਨਕਾਰੀ ਹੋ ਗਿਆ ਤਾਂ 5 ਮਹੀਨੇ ਬਾਅਦ ਭਾਈ ਜੀ ਨੂੰ ਕੈਨੇਡਾ ਤੋਂ ਡਿਪੋਰਟ ਕਰਾਉਣ ਚ ਵੀ ਬੇਲਾ ਸਿੰਘ ਹੀ ਜ਼ਿੰਮੇਵਾਰ ਸੀ ਜਿਵੇਂ ਦੱਸਿਆ ਗਿਆ ਕਿ ਉਹ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਲਈ ਮੁਖਬਰੀ ਤੇ ਜਸੂਸੀ ਕਰਨ ਲਈ 65 ဒਾਲਰ ਸੇਵਾਫਲ ਵਜੋਂ ਵੀ ਲੈਂਦਾ ਸੀ ਇਹਦਾ ਕਈਆਂ ਨੂੰ ਸ਼ੱਕ ਤਾਂ ਸੀ ਪਰ ਭਾਈ ਭਗਵਾਨ ਸਿੰਘ ਨੂੰ ਡਿਪੋਰਟ ਕਰਵਾਏ ਜਾਣ ਦੀ ਕਰਤੂਤ ਤੋਂ ਬਾਅਦ ਸਭ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਉਹ ਇਮੀਗ੍ਰੇਸ਼ਨ ਵਿਭਾਗ ਦਾ ਜਸੂਸ ਤੇ ਮੁਖਬਰ ਹੈ 11 ਦਸੰਬਰ 1914 ਨੂੰ ਪ੍ਰੋਵਿੰਸ ਦੇ ਇੱਕ ਆਰਟੀਕਲ ਮੁਤਾਬਕ ਉਹਨੂੰ ਇੱਕ ਇਮੀਗ੍ਰੇਸ਼ਨ ਅਫੀਸ਼ਰ ਦਰਸਾਇਆ ਗਿਆ ਸੀ ਜਿਸ ਅਨੁਸਾਰ ਬੇਲਾ ਸਿੰਘ ਵੈਨਕੂਵਰ ਦੇ ਈਸਟ ਇੰਡੀਅਨਜ਼ ਵਿੱਚੋਂ ਸਭ ਤੋਂ ਜ਼ਿਆਦਾ ਚੁਸਤ ਕਪੜੇ ਪਾ ਕੇ ਅਦਾਲਤ 'ਚ ਪੇਸ਼ ਹੋਣ ਵੇਲੇ ਇਸਤਰੀ ਕੀਤਾ ਸੂਟ ਚਿੱਟੀ ਪੱਗ ਸਜਾ ਕੇ ਤੇ ਫੈਸ਼ਨ ਵਾਲੇ ਪੂਰੇ ਬੂਟ ਪਾ ਕੇ ਆਉਂਦਾ ਸੀ ਹੌਪਕੈਂਸਨ ਦੇ ਕਤਲ ਕੇਸ ਤੇ ਗਵਾਹੀ ਦਿੰਦਿਆਂ ਬੇਲਾ ਸਿੰਘ ਨੇ ਅਦਾਲਤ ਕੋਲ ਆਪ ਮੰਨਿਆ ਸੀ ਕਿ ਉਹ ਇਮੀਗ੍ਰੇਸ਼ਨ ਵਿਭਾਗ 'ਚ ਹੌਪਕੈਂਸਨ ਲਈ ਜਸੂਸੀ ਤੇ ਮੁਖਬਰੀ ਕਰਦਾ ਸੀ। ਉਹਦੇ ਕੰਮਾਂ 'ਚੋਂ ਇੱਕ ਕੰਮ ਗਦਰ ਅਖਬਾਰ ਦਾ ਅਨੁਵਾਦ ਕਰਕੇ ਹੌਪਕੈਂਸਨ ਨੂੰ ਮੁਹੱਈਆ ਕਰਵਾਉਣਾ ਵੀ ਸੀ। ਇਹ ਅਨੁਵਾਦ ਅਗਲੇਰੀ ਕਾਰਵਾਈ ਲਈ ਓਟਵਾ ਤੇ ਬਰਤਾਨੀਆ ਨੂੰ ਭੇਜਿਆ ਜਾਂਦਾ ਸੀ। ਭਾਈ ਭਗਤ ਸਿੰਘ ਤੇ ਭਾਈ ਬਤਨ ਸਿੰਘ ਦੇ ਕਤਲ ਨਾਲ ਸੰਬੰਧਤ ਕੇਸ ਵਿੱਚ ਬੇਲਾ ਸਿੰਘ ਨੇ ਕਿਹਾ ਸੀ ਉਤੀਵੀਂ ਪੰਜਾਬੀ ਰੈਜਿਮੈਂਟ ਦਾ ਫੌਜੀ ਹੈ ਉਹ ਸਿਗਨਲਰ ਸੀ ਤੇ ਹੁਣ ਵੀ ਰਿਜ਼ਰਵ ਫੌਜੀ ਹੈ 1906 ਤੋਂ ਬ੍ਰਿਟਿਸ਼ ਕੋਲੰਬੀਆ 'ਚ ਰਹ ਰਿਹਾ ਹੈ ਤੇ ਨਵੰਬਰ 1913 ਤੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਨਾਲ ਸਪੈਸ਼ਲ ਡਿਊਟੀ 'ਤੇ ਹੈ ਇਹ ਝਗੜਾ ਉਦੋਂ ਤੋਂ ਸ਼ੁਰੂ ਹੈ ਜਦੋਂ ਦਾ ਭਗਵਾਨ ਸਿੰਘ ਮਹਿਕਮੇ ਵੱਲੋਂ ਡਿਪੋਰਟ ਹੋਇਆ ਤੇ ਉਹਨੂੰ ਲਗਾਤਾਰ ਕਤਲ ਕਰਨ ਲਈ ਧਮਕਾਇਆ ਜਾ ਰਿਹਾ ਹੈ ਉਹ ਹਰ ਹਫਤੇ ਗੁਰਦੁਆਰੇ ਜਾਂਦਾ ਸੀ ਪਰ ਸੰਗਤ ਤੋਂ ਦੇ ਵਿਰੁੱਧ ਗੱਲਾਂ ਕਰਨ ਲੱਗ ਪਈ ਇਸ ਲਈ ਉਹਨੇ ਗੁਰਦੁਆਰੇ ਜਾਣਾ ਬੰਦ ਕਰ ਦਿੱਤਾ ਇਸ ਮੁਕਦਮੇ ਦੌਰਾਨ ਡਾਕਟਰ ਰਗੂਨਾਥ ਸਿੰਘ ਨੇ ਆਪਣੀ ਗਵਾਹੀ ਦਿੱਤੀ ਕਿ ਗੁਰਦੇਵ ਸਿੰਘ ਨੇ ਵੈਨਕੂਵਰ ਵਿਖੇ ਗਰਮੀਆਂ ਵਿੱਚ ਕਾਮਾਗਾਟਾ ਮਾਰੂ ਦੇ ਡਾਕ ਤੇ ਇੱਕ ਚਿੱਠੀ ਪੜ੍ਹੀ ਸੀ ਕਿ ਬੇਲਾ ਸਿੰਘ ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਅੰਦਰ ਨਹੀਂ ਵੜਨ ਦਿੱਤਾ ਜਾਏਗਾ ਤੇ ਜੇ ਉਹਨੇ ਕੋਸ਼ਿਸ਼ ਕੀਤੀ ਤਾਂ ਉਹਨੂੰ ਜਾਨ ਤੇ ਵਾਪਸ ਨਹੀਂ ਜਾਣ ਦਿੱਤਾ ਜਾਏਗਾ ਤੇ ਜਾਂ ਚੁੱਕੇ ਬਾਹਰ ਸੁੱਟ ਦਿੱਤਾ ਜਾਏਗਾ 5 ਸਤੰਬਰ 1914 ਨੂੰ ਗੁਰਦੁਆਰੇ 'ਚ ਗੋਲੀ ਚਲਾ ਕੇ ਭਾਈ ਭਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਕਤਲ ਕਰਨ ਤੇ ਹੋਰ ਕਈਆਂ ਨੂੰ ਜ਼ਖਮੀ ਕਰਨ ਬਦਲੇ 15 ਸਤੰਬਰ 1914 ਨੂੰ ਪੁਲਿਸ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋਇਆ। ਉਪਰੰਤ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਕੋਲ ਕੇਸ ਚਲਾ ਗਿਆ। 2 ਅਕਤੂਬਰ 1914 ਨੂੰ ਗਵਾਹੀਆਂ ਹੋਈਆਂ। ਸਾਰੇ ਗਵਾਹਾਂ ਨੇ ਅਦਾਲਤ ਵਿੱਚ ਪੇਸ਼ ਹੋ ਕੇ ਬਿਲਾ ਸਿੰਘ ਦੇ ਖਿਲਾਫ ਗਵਾਹੀ ਦਿੰਦਿਆਂ ਕਿਹਾ ਕਿ ਬਿਲਾ ਸਿੰਘ ਨੇ ਬਿਨਾਂ ਕਿਸੇ ਉਤੇਜਨਾ ਦੇ ਗੋਲੀ ਚਲਾ ਕੇ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਕਤਲ ਕੀਤਾ ਤੇ ਕਈ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਗਵਾਹ ਸਨ ਆਸਾ ਸਿੰਘ ਲਛਮਨ ਸਿੰਘ ਮਿਤ ਸਿੰਘ ਮੀਰ ਸਿੰਘ ਉਜਾਗਰ ਸਿੰਘ ਇੰਦਰ ਸਿੰਘ ਫਰੇਜ਼ਰ ਮਿਲ ਇੰਦਰ ਸਿੰਘ ਮਿਲ ਸਾਈਡ ਦਲੀਪ ਸਿੰਘ ਉਤਮ ਸਿੰਘ ਸੋਨ ਲਾਲ ਬਲਵੰਤ ਸਿੰਘ ਗ੍ਰੰਥੀ ਬਤਨ ਸਿੰਘ ਜਵਾਲਾ ਸਿੰਘ ਤੇ ਮੀਵਾਸੀ ਇਹ ਸਾਰੇ ਇਸ ਖੂਨੀ ਕਾਣ ਦੇ ਚਸ਼ਮਦੀਦ ਗਵਾਹ ਸਨ ਤੇ ਇਹਨਾਂ ਸਾਰਿਆਂ ਨੇ ਬੇਲਾ ਸਿੰਘ ਨੂੰ ਆਪਣੀ ਅੱਖੀਂ ਇਹ ਕਹਿਰ ਟਾਉਂਦੇ ਆ ਵੇਖਿਆ ਸੀ ਬੇਲਾ ਸਿੰਘ ਦੇ ਬਚਾ ਲਈ ਜਿਹੜੇ ਗਵਾਹ ਪੇਸ਼ ਹੋਏ ਉਹਨਾਂ ਦੇ ਨਾਮ ਸਨ ਪ੍ਰਤਾਪ ਸਿੰਘ ਤੂਤਾਂਵਾਲਾ ਬਾਉ ਸਿੰਘ ਡਾਕਟਰ ਰਗੁਨਾਥ ਸਿੰਘ ਗੰਗਾ ਰਾਮ ਠਾਕਰ ਸਿੰਘ ਸੇਵਾ ਸਿੰਘ ਅਮਰ ਸਿੰਘ ਨੱਥਾ ਸਿੰਘ ਕਰਮ ਸਿੰਘ ਤੇ ਭਗਤ ਸਿੰਘ ਇਹਨਾਂ ਚੋਂ ਪ੍ਰਤਾਪ ਸਿੰਘ ਤੂਤਾਂਵਾਲਾ ਉਹ ਬੰਦਾ ਸੀ ਜਿਹਨੂੰ ਹਪਕਿੰਸਨ ਦੀ ਮਦਦ ਨਾਲ ਬੇਲਾ ਸਿੰਘ ਨੇ ਨਕਲੀ ਪਾਸਪੋਰਟ ਬਣਵਾ ਕੇ ਕੈਨੇਡਾ ਉਤਾਰਿਆ ਸੀ ਬਾਬੂ ਸਿੰਘ ਇਮੀਗ੍ਰੇਸ਼ਨ ਵਿਭਾਗ ਦੇ ਇਨਸਪੈਕਟਰ ਮੈਲਕਮ ਰੀਡ ਦਾ 에ਜੰਟ ਸੀ ਜੋ ਪੈਸੇ ਲੈ ਕੇ ਮੁਖਬਰੀ ਕਰਦਾ ਸੀ ਡਾਕਟਰ ਰਗੁਨਾਥ ਸਿੰਘ ਨੂੰ ਗੁਰਦਿੱਤ ਸਿੰਘ ਨੇ ਕਾਮਾਗੜਤਾ ਮਾਰੂ ਜਹਾਜ਼ 'ਚ ਬਤੌਰ ਡਾਕਟਰ ਲਿਆਂਦਾ ਸੀ। ਕੈਨੇਡਾ ਦੇ ਟੱਟ ਤੇ ਪਹੁੰਚਣ ਤੇ ਉਹ ਗੁਰਦਿੱਤ ਸਿੰਘ ਖਿਲਾਫ ਮੁਖਬਰ ਬਣ ਗਿਆ। ਤਾਂ ਆਪਣੇ ਦੇਸ਼ ਤੋਂ ਕੈਨੇਡਾ ਤੱਕ ਸਿੱਧੇ ਸਫ਼ਰ ਦੀ ਸ਼ਰਤ ਹਟਾ ਕੇ ਉਹਨੂੰ ਪਰਿਵਾਰ ਸਮੇਤ ਕੈਨੇਡਾ 'ਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਗਈ ਸੀ। ਗੰਗਾ ਰਾਮ ਵੀ ਭਾਈਚਾਰੇ ਦਾ ਦੁਸ਼ਮਣ ਸਰਕਾਰੀ ਏਜੰਸੀ ਜੋ ਰੀਡ ਹਬਕਿੰਸਨ ਤੇ ਬੀਲਾ ਸਿੰਘ ਨਾਲ ਮਿਲ ਕੇ ਕੰਮ ਕਰਦਾ ਸੀ। ਬਾਕੀ ਸਾਰੇ ਗਵਾਹ ਵੀ ਬੇਲਾ ਸਿੰਘ ਦੇ ਚਮਚੇ ਸਨ ਤੇ ਉਹਦੇ ਲਈ ਕੰਮ ਕਰਦੇ ਸਨ ਇਹਨਾਂ ਸਾਰਿਆਂ ਨੇ ਇੱਕੋ ਕਹਾਣੀ ਦੁਹਰਾਉਂਦਿਆਂ ਕਿ ਭਾਈ ਭਾਗ ਸਿੰਘ ਬਤਨ ਸਿੰਘ ਤੇ ਹੋਰ ਸਭ ਜਣੇ ਬੇਲਾ ਸਿੰਘ ਨੂੰ ਕਤਲ ਕਰਨੀ ਵਾਲੇ ਸਨ ਤਾਂ ਬੇਲਾ ਸਿੰਘ ਨੂੰ ਤੁਰੰਤ ਆਪਣੇ ਬਚਾ ਲਈ ਗੋਲੀ ਚਲਾਉਣੀ ਪਈ ਸੀ ਬੇਲਾ ਸਿੰਘ ਨੇ ਵੀ ਇਹੋ ਦਲੀਲ ਦਿੱਤੀ ਕਿ ਗੋਲੀ ਉਹਨੇ ਆਪਣੀ ਸੁਰੱਖਿਆ ਲਈ ਚਲਾਈ ਸੀ ਭਾਰਤੀ ਭਾਈਚਾਰਾ ਇਹ ਸਭ ਕੁਝ ਵੇਖ ਸੁਣ ਕੇ ਰੋ ਤੇ ਰੰਜ ਨਾਲ ਭਰ ਗਿਆ ਸੀ। ਉਹਨਾਂ ਨੂੰ ਸ਼ੱਕ ਸੀ ਕਿ ਬਿਲਾ ਸਿੰਘ ਨੂੰ ਰਹਾ ਕਰ ਦਿੱਤਾ ਜਾਣਾ। ਉਹਨਾਂ ਦੇ ਮਨਾਂ 'ਚ ਭੈ ਵੀ ਘਰ ਕਰਦਾ ਜਾ ਰਿਹਾ ਸੀ ਕਿ ਜੇ ਅਜਿਹਾ ਅਨਿਆਂ ਹੋਣ ਲੱਗਾ ਤਾਂ ਉਹਨਾਂ ਦੇ ਜਾਨ-ਮਾਲ ਹੁਣ ਸੁਰੱਖਿਅਤ ਨਹੀਂ ਰਹਿ ਸਕਦੇ। ਇਸੇ ਭੈ ਕਾਰਨ ਉਹਨਾਂ ਨੇ ਧਾਰਮਿਕ ਇਕੱਠਾਂ ਵਿੱਚ ਆਪਣੀ ਸ਼ਮੂਲੀਅਤ ਘਟਾ ਦਿੱਤੀ। ਸਾਰੇ ਜਾਣਦੇ ਸਨ ਕਿ ਹੱਪਕਿੰਸਨ ਕਿੰਨਾ ਸ਼ਕਤੀਸ਼ਾਲੀ ਹੈ ਤੇ ਉਹਦੀ ਸਰਕਾਰ 'ਚ ਕਿੰਨੀ ਚੱਲਦੀ ਹੈ। ਉਹ ਕੋਈ ਵੀ ਹਰਬਾ ਵਰਤ ਕੇ ਬੇਲਾ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਇਹ ਵੀ ਪਤਾ ਲੱਗਾ ਕਿ ਉਹ ਬੇਲਾ ਸਿੰਘ ਦੇ ਹੱਕ ਚ ਗਵਾਹੀ ਦੇਣ ਲਈ 1 ਅਕਤੂਬਰ 1914 ਨੂੰ ਅਦਾਲਤ ਵਿੱਚ ਹਾਜ਼ਰ ਹੋਏਗਾ ਇਹ ਸੁਣ ਕੇ ਭਾਈਚਾਰੇ ਚ ਰੋਸ ਤੇ ਗੁੱਸੇ ਦੀ ਲਹਿਰ ਛਾ ਗਈ ਭਾਈ ਮੀਵਾ ਸਿੰਘ ਨੇ ਭਾਈਚਾਰੇ ਦੇ ਰੋਸ ਤੇ ਗੁੱਸੇ ਦੇ ਅਮਲੀ ਨਿਕਾਸ ਲਈ ਏਸੇ ਦਿਨ ਗਵਾਹੀ ਦੇਣ ਤੋਂ ਪਹਿਲਾਂ ਹੀ ਅਦਾਲਤ ਦੇ ਕੋਰੀਡੋਰ ਚ ਹੌਪਕੈਂਸਨ ਨੂੰ ਗੋਲੀ ਚਲਾ ਕੇ ਕਤਲ ਕਰ ਦਿੱਤਾ ਉਹੋ ਗੱਲ ਹੋਈ ਜਿਹਦਾ ਡਰ ਸੀ ਬੇਲਾ ਸਿੰਘ ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਕਿਉਂਕਿ ਕੈਨੇਡਾ ਸਰਕਾਰ ਦਾ ਵਫਾਦਾਰ ਸੀ ਤੇ ਉਸ ਲਈ ਕੰਮ ਕਰਦਾ ਸੀ ਇਹ ਹਕੀਕਤ ਜਗ ਜाहिर ਹੋ ਗਈ ਕਿ ਨਿਆਂ ਅਧਾਰਤ ਅਦਾਲਤੀ ਫੈਸਲਾ ਨਹੀਂ ਸਗੋਂ ਰਾਜਨੀਤਿਕ ਫੈਸਲਾ ਹੈ ਉਹਨਾਂ ਦਿਨਾਂ 'ਚ ਰਾਜਨੀਤਿਕ ਲੋਕ ਅਦਾਲਤੀ ਫੈਸਲਿਆਂ ਤੇ ਇੰਨੇ ਭਾਰੂ ਸਨ ਕਿ ਜੱਜ ਆਪਣੀ ਸੋਚ ਅਨੁਸਾਰ ਫੈਸਲਾ ਲੈਣ 'ਚ ਸਮਰਥ ਸਨ ਵੈਨਕੂਵਰ ਤੋਂ ਪਾਰਲੀਮੈਂਟ ਦਾ ਮੈਂਬਰ ਐਚ ਐਚ ਸਟੀਵਨਸਨ ਹਿੰਦਿਆਨ ਦੇ ਕੈਨੇਡਾ 'ਚ ਦਾਖਲੇ ਦਾ ਸਭ ਤੋਂ ਵੱਡਾ ਵਿਰੋਧੀ ਸੀ ਉਹ ਪਾਰਲੀਮੈਂਟੀ ਨਹੀਂ ਸਗੋ ਪ੍ਰੈਸ ਤੇ ਕੈਨੇਡੀਅਨ ਸਮਾਜ ਵਿੱਚ ਭਾਰਤੀਆਂ ਦੇ ਖਿਲਾਫ ਹਰ ਵੇਲੇ ਜ਼ਹਿਰ ਉਗਲਦਾ ਰਹਿੰਦਾ ਸੀ ਏਸ਼ੀਅਨ ਲੋਕਾਂ ਨੂੰ ਕੈਨੇਡਾ ਚੋਂ ਬਾਹਰ ਤੱਕ ਦੇਣ ਲਈ ਬਣਾਈ ਜਥੇਬੰਦੀ ਏਸ਼ੀਅਨ ਐਕਸਕਲੂਵ ਲੀਗ ਦਾ ਵੀ ਉਹ ਲੀਡਰ ਸੀ ਜਿਉਰੀ ਉੱਤੇ ਉਹਦਾ ਦਬਾਅ ਲਗਾਤਾਰ ਬਣਿਆ ਰਿਹਾ ਸੀ ਫੈਸਲਾ ਸੁਣਾਉਂਦੇ ਅੱਜ ਮੌਰਿਸਨ ਨੇ ਬਚਾਓ ਪੱਖ ਦੀਆਂ ਦਲੀਲਾਂ ਨਾਲ ਆਪਣੀ ਸம்மਤੀ ਪ੍ਰਗਟਾਉਂਦਿਆਂ ਕਿ ਆ ਕੈਦੀ ਅਮਨ ਤੇ ਕਾਨੂੰਨ ਬਣਾਈ ਰੱਖਣ ਵਾਲੇ ਲੋਕਾਂ ਵਿੱਚੋਂ ਹੈ ਜਦ ਕੇ ਵਿਰੋਧੀ ਧਿਰ ਬਗਾਵਤ ਫੈਲਾ ਰਹੀ ਹੈ ਬਗਾਵਤੀ ਸਾਹਿਤ ਮੰਗਵਾ ਰਹੀ ਹੈ ਇਸ ਤਰ੍ਹਾਂ ਉਹ ਸੰਸਾਰ ਚ ਫੈਲੇ ਵਰਤਾਨਵੀ ਰਾਜ ਪ੍ਰਬੰਧ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੈਦੀ ਤੇ ਉਹਦੀ ਧਿਰ ਵਿਰੋਧੀ ਧਿਰ ਦੇ ਅਜਿਹੇ ਯਤਨਾਂ ਨੂੰ ਠੱਲ ਪਾਉਣ ਚ ਲੱਗੀ ਹੋਈ ਹੈ ਉਹਨਾਂ ਵਿੱਚੋਂ ਕੁਝ ਕਤਲ ਕਰ ਦਿੱਤੇ ਗਏ ਹੈ ਤੇ ਕੈਦੀ ਨੂੰ ਮਾਰਨ ਲਈ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹੈ ਵਿਰੋਧੀ ਧਿਰ ਹੌਪਕੈਂਸਨ ਨੂੰ ਵੀ ਕਤਲ ਕਰਨ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ ਜੇ ਹੌਪਕੈਂਸਨ ਨੂੰ ਉਹਨਾਂ ਵੱਲੋਂ ਸ਼ਰੇਆਮ ਅਦਾਲਤ ਦੇ ਲੰਘੇ ਜ ਕਤਲ ਕੀਤਾ ਜਾ ਸਕਦਾ ਹੈ ਤਾਂ ਕੈਦੀ ਨੂੰ ਮਾਰਨ ਦਾ ਕਿੰਨੀ ਆਸਾਨੀ ਨਾਲ ਸੋਚਿਆ ਜਾ ਸਕਦਾ ਹੈ ਇਹ ਕਿਹੋ ਜਿਹਾ ਇਨਸਾਫ ਸੀ ਇੱਕ ਕਾਤਲ ਨੂੰ ਕੇਵਲ ਇਸ ਕਰਕੇ ਬਰੀ ਕਰ ਦਿੱਤਾ ਗਿਆ ਕਿਉਂਕਿ ਉਹ ਹੌਪਕੈਂਸਨ ਵੱਲੋਂ ਭਾਰਤੀਆਂ ਖਿਲਾਫ ਵਰਤੇ ਜਾਣ ਵਾਲਾ ਸੰਦ ਸੀ ਇਹ ਕੈਨੇਡੀਅਨ ਇਨਸਾਫ ਦਾ ਦਿਵਾਲਾ ਨਿਕਲਣ ਦੇ ਤੁਲ ਸੀ ਰਿਹਾ ਹੋਣ ਪਿੱਛੋਂ ਬੇਲਾ ਸਿੰਘ ਹੋਰ ਵੀ ਆਕੜ ਗਿਆ ਉਹ ਆਪਣੀ ਤਾਕਤ ਦੀਆਂ ਹੋਰ ਵੀ ਫੜਾ ਮਾਰਨ ਲੱਗਾ ਉਹ ਕਹਿਣ ਲੱਗਾ ਕਿ ਕੈਨੇਡਾ ਸਰਕਾਰ ਉਹਦੀ ਪਿੱਠ ਤੇ ਐ ਤੇ ਕੋਈ ਉਹਦਾ ਵਾਰ ਵੀ ਵਿੰਗਾ ਕਰਨ ਦੀ ਜੁਰਤ ਨਹੀਂ ਕਰ ਸਕਦਾ ਇਨਕਲਾਬੀਆਂ ਨੂੰ ਬੇਲਾ ਸਿੰਘ ਦੇ ਸਾਹ ਬਚ ਜਾਣ ਦਾ ਬਹੁਤ ਦੁੱਖ ਸੀ ਹੁਣ ਤਾਂ ਉਹਦਾ ਵਿਹਾਰ ਅੱਲੇ ਜ਼ਖਮਾਂ ਤੇ ਲੋਨ ਛਿੜਕਣ ਬਰਾਬਰ ਸੀ ਉਹਦੀ ਆਕੜ ਖੋਰ ਤੇ ਅਭਿਮਾਨੀ ਵਿਹਾਰ ਤੋਂ ਦੁਖੀ ਭਾਈ ਜਗਤ ਸਿੰਘ ਮਹਿਰਾ ਪੂਤ ਵੰਡਨੇ 18 ਮਾਰਚ 1915 ਨੂੰ ਬੇਲਾ ਸਿੰਘ ਤੇ ਹਮਲਾ ਕਰ ਦਿੱਤਾ ਗੋਲੀ ਚਲਾਉਣ ਵਾਲਾ ਸੀ ਕਿ ਬੇਲਾ ਸਿੰਘ ਦੇ ਦੋਸਤ ਪ੍ਰਤਾਪ ਸਿੰਘ ਕੋਟਲੀ ਨੇ ਜਗਤ ਸਿੰਘ ਨੂੰ ਜਫਾ ਮਾਰ ਲਿਆ ਦੋਵੇਂ ਗੁੱਥਮ ਗੁੱਥਾ ਹੋ ਗਏ ਜ਼ਮੀਨ ਤੇ ਟੈਪੇ ਘੁਲਦਿਆਂ ਜਦੋਂ ਪ੍ਰਤਾਪ ਸਿੰਘ ਜਗਤ ਸਿੰਘ ਦੇ ਉੱਤੇ ਹੋਇਆ ਤਾਂ ਜਗਤ ਸਿੰਘ ਨੇ ਗੋਲੀ ਚਲਾ ਕੇ ਪ੍ਰਤਾਪ ਸਿੰਘ ਨੂੰ ਥਾਂ ਢੇਰੀ ਕਰ ਦਿੱਤਾ ਬੇਲਾ ਸਿੰਘ ਮੌਕਾ ਵੇਖ ਕੇ ਭੱਜ ਗਿਆ ਇਸ ਕੇਸ 'ਚ ਚਸ਼ਮਦੀਦ ਗਵਾਹ ਬਣਿਆ ਜਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਪਰ ਰਹਿਮ ਦੀ ਅਪੀਲ ਉਪਰੰਤ ਉਹਦੀ ਕੈਦ 4 ਸਾਲ ਰਹਿ ਗਈ ਮਤਾਬ ਸਿੰਘ ਦੇਸ਼ ਭਗਤ ਢੜੇ ਨਾਲ ਸੰਬੰਧਿਤ ਸੀ ਬੇਲਾ ਸਿੰਘ ਤੇ ਉਹਦੇ ਸਾਥੀਆਂ ਨੇ 13 ਅਪ੍ਰੈਲ 1915 ਨੂੰ ਵਿਸਾਖੀ ਦੇ ਦਿਹਾੜੇ ਜਿਸ ਘਰ 'ਚ ਮਤਾਬ ਸਿੰਘ ਰਹਿੰਦਾ ਸੀ ਉਹਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ ਉਹ ਮਾਰਿਆ ਗਿਆ ਤੇ ਦੋ ਹੋਰ ਲੋਕ ਜ਼ਖਮੀ ਹੋ ਗਏ ਇਸ ਕੇਸ ਵਿੱਚ ਕਿਸੇ ਨੂੰ ਵੀ ਸਜ਼ਾ ਨਾ ਹੋਈ ਬੇਲਾ ਸਿੰਘ ਦੀ ਚੜ ਮੱਚੀ ਹੋਈ ਸੀ 16 ਅਪ੍ਰੈਲ 1915 ਨੂੰ ਬੇਲਾ ਸਿੰਘ ਤੇ ਉਹਦੇ ਚਾਟੜਿਆਂ ਨੇ ਲక్ష్ਮਨ ਸਿੰਘ ਖੁਰਦਪੁਰ ਨੂੰ ਕੇਵਲ ਇਸ ਕਰਕੇ ਬੁਰੀ ਤਰ੍ਹਾਂ ਕੁੱਟ ਸੁੱਟਿਆ ਕਿਉਂਕਿ ਉਹਦਾ ਪਿੰਡ ਵੀ ਉਹੋ ਸੀ ਜਿਹੜਾ ਪਿੰਡ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦੀ ਗ੍ਰੰਥੀ ਭਾਈ ਬਲਵੰਤ ਸਿੰਘ ਦਾ ਸੀ ਜਦੋਂ ਲਛਮਨ ਸਿੰਘ ਖੁਰਦਪੁਰ ਦੀ ਕੁੱਟਮਾਰ ਕਰ ਰਹੇ ਸਨ ਉਸੇ ਵੇਲੇ ਸਬੱਬੀ ਉੱਥੇ ਪੁਲਿਸ ਆ ਗਈ ਬੇਲਾ ਸਿੰਘ ਤੇ ਉਹਦੀ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਧੰਨਵਾਦ ਚਲਦਾ